ਦੋਸਤੋ, ਸਾਡੇ ਹਿੰਦੁਸਤਾਨ ਦੇ ਸਮਾਜ ਦੇ ਅੰਦਰ ਤਿੰਨ ਬੜੇ ਮਜ਼ਹਬ ਹੈ, ਹਿੰਦੂ ਮਜ਼ਹਬ, ਇਸਲਾਮ, ਸਿੱਖ ਮਜ਼ਹਬ। ਤਿੰਨਾਂ ਮਜ਼ਹਬਾਂ ਦੇ ਵਿੱਚੋਂ ਜਿਹੜੇ ਦੋ ਮਜ਼ਹਬ ਹੈ ਦੂਸਰੇ ਔਰ ਤੀਸਰੇ ਨੰਬਰ ਦੇ, ਇਸਲਾਮ ਅਤੇ ਸਿੱਖਇਜ਼ਮ, ਇਹਨਾਂ ਦਾ ਇੱਕ ਇਲਜ਼ਾਮ ਹਮੇਸ਼ਾ ਰਿਹਾ ਹੈ ਹਿੰਦੂ ਮਜ਼ਹਬ ਦੇ ਉੱਤੇ ਕਿ ਹਿੰਦੂ ਮਜ਼ਹਬ ਦੇ ਅੰਦਰ ਇਨਸਾਨ ਦੀ ਬਰਾਬਰੀ ਦੇ ਖਿਲਾਫ ਗੱਲਾਂ ਕੀਤੀਆਂ ਗਈਆਂ, ਕਿਤਾਬਾਂ ਲਿਖੀਆਂ ਗਈਆਂ, ਬਾਕਾਇਦਾ ਤਬਕੇ ਬਣਾ ਦਿੱਤੇ ਗਏ ਔਰ ਉਹਦੇ ਉੱਤੇ ਸਮਾਜ ਉਸਰਿਆ ਹੋਇਆ। ਸਾਡੇ ਦੋਨੇ ਮਜ਼ਾਹਬ ਜਿਹੜੇ ਆ, ਇਸਲਾਮ ਔਰ ਸਿੱਖਇਜ਼ਮ, ਇਹ ਅਸੀਂ ਦਾਅਵਾ ਕਰਦੇ ਹਾਂ ਕਿ ਸਾਡੇ ਬੰਦਿਆਂ ਦੇ ਵਿੱਚ ਫਰਕ ਨਹੀਂ, ਮਾੜੇ ਚੰਗੇ 'ਚ ਫਰਕ ਨਹੀਂ, ਆਲਾ ਅਦਨਾ 'ਚ ਫਰਕ ਨਹੀਂ। ਮੁਸਲਮਾਨ ਤਾਂ ਬਹੁਤ ਬੜੇ ਬੜੇ ਇਸ ਬਾਰੇ 'ਚ ਦਾਅਵੇ ਕਰਦੇ ਆ। ਅਲਾਮਾ ਇਕਬਾਲ ਨੇ ਜਿਵੇਂ ਗੱਲ ਕੀਤੀ ਸੀ ਕਿ ਇੱਕ ਹੀ ਸਫ਼ ਮੇਂ ਖੜ੍ਹੇ ਹੋ ਗਏ ਮਹਿਮੂਦੋ ਅਯਾਜ਼, ਨਾ ਕੋਈ ਬੰਦਾ ਰਹਾ ਨਾ ਕੋਈ ਬੰਦਾ ਨਵਾਜ਼। ਲੇਕਿਨ ਸਵਾਲ ਇਹ ਪੈਦਾ ਹੁੰਦਾ, ਮਸਜਿਦ ਦੀ ਸਫ਼ 'ਚੋਂ ਜਦੋਂ ਬਾਹਰ ਜਾਂਦੇ ਆ ਮਹਿਮੂਦ ਅਤੇ ਅਯਾਜ਼, ਆਇਆ ਉਹ ਇੱਕ ਹੈਗੇ ਆ? ਤੁਸੀਂ ਉਹਨਾਂ ਨੂੰ ਇੱਕ ਸਮਝਦੇ ਆ? ਤੁਸੀਂ ਨਸਲੀ ਤੌਰ ਦੇ ਉੱਤੇ, ਜ਼ਾਤ ਪਾਤ ਦੇ ਤੌਰ ਦੇ ਉੱਤੇ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਨਹੀਂ ਸਮਝਦੇ? ਅਸੀਂ ਉਹਨਾਂ ਨੂੰ ਇੱਦਾਂ ਹੀ ਸਮਝਦੇ ਹਾਂ। ਇਸੇ ਤਰ੍ਹਾਂ ਸਿੱਖ ਮਜ਼ਹਬ ਦੇ ਅੰਦਰ ਤੁਸੀਂ ਜਿਹੜੇ ਦਲਿਤ ਸਮਾਜ ਆ ਉਹਨੂੰ ਮਾੜਾ ਨਹੀਂ ਸਮਝਦੇ, ਉਹਨਾਂ ਦੇ ਗੁਰਦੁਆਰੇ ਵੱਖਰੇ ਨਹੀਂ ਕਰਦੇ, ਉਹਨਾਂ ਤਾਲੀਮਾਤ ਦੇ ਉੱਤੇ ਤੁਸੀਂ ਚੱਲਦੇ ਹੋ। ਔਰ ਗੁਰੂ ਨਾਨਕ ਸਾਹਿਬ ਨੇ ਜੋ ਇਹਦੇ ਬਾਰੇ 'ਚ ਬਰਾਬਰੀ ਦਾ ਦਰਸ ਦਿੱਤਾ ਸੀ, ਤੁਸੀਂ ਉਹਦੇ 'ਤੇ ਅਮਲ ਕਰ ਦਿਖਾਇਆ? ਅਗਰ ਨਹੀਂ ਕੀਤਾ, ਦੋਨੇ ਸਮਾਜ ਇਸ ਨੂੰ ਇੰਪਲੀਮੈਂਟ ਕਰਨ ਦੇ ਕਾਬਿਲ ਨਹੀਂ ਹੋ ਸਕੇ, ਤਾਂ ਕੀ ਇਕੱਲੇ ਹਿੰਦੂ ਮਜ਼ਹਬ ਦੇ ਉੱਤੇ ਸਾਡਾ ਇਤਰਾਜ਼ ਜਿਹੜਾ ਉਹ ਵੈਲਿਡ ਹੈ, ਇਹ ਇਲਜ਼ਾਮ ਵੈਲਿਡ ਹੈ? ਅਸੀਂ ਇੱਕ ਰੀਤ ਰਿਵਾਜ਼ ਹੀ ਬਣਾ ਲਿਆ ਹੋਇਆ, ਚਲੋ ਦੱਬ ਦਿਓ ਇਹਨਾਂ ਨੂੰ। ਉਹਦੇ ਰੱਦੇ ਅਮਲ ਦੇ ਵਿੱਚ ਵੀ ਫਿਰ ਬਹੁਤ ਸਾਰਾ ਕੁਛ ਸਾਨੂੰ ਸੁਣਨਾ ਪੈਂਦਾ ਅਤੇ ਸਾਹਮਣੇ ਆਉਂਦਾ। ਜਦੋਂ ਤੁਸੀਂ ਇੱਕੋ ਮਜ਼ਹਬ ਨੂੰ ਲੈ ਕੇ ਤੁਸੀਂ ਉਹਦੇ 'ਤੇ ਚੜ੍ਹਾਈ ਕਰਦੇ ਹੋ, ਤੁਸੀਂ ਉਹਨਾਂ ਨੂੰ ਬੁਜ਼ਦਲ ਵੀ ਕਹਿੰਦੇ ਹੋ, ਤੁਸੀਂ ਉਹਨਾਂ ਨੂੰ ਮਾੜਾ ਵੀ ਕਹਿੰਦੇ ਹੋ, ਤੁਸੀਂ ਉਹਨਾਂ ਨੂੰ ਜ਼ਾਤ ਪਾਤ ਦਾ ਇਲਜ਼ਾਮ ਵੀ ਦਿੰਦੇ ਹੋ, ਅਤੇ ਤੁਹਾਨੂੰ ਫਿਰ ਉਹਦੇ ਵੱਲੋਂ ਰੱਦੇ ਅਮਲ ਵੀ ਆਉਂਦਾ। ਆਪਣੀ ਮੰਜੀ ਥੱਲੇ ਡਾਂਗ ਨਹੀਂ ਫੇਰਦੇ ਅਸੀਂ, ਸਾਨੂੰ ਜਦੋਂ ਦੂਜਿਆਂ 'ਤੇ ਇਲਜ਼ਾਮ ਧਰਦੇ ਤਾਂ ਆਪਣੀ ਮੰਜੀ ਥੱਲੇ ਵੀ ਡਾਂਗ ਫੇਰਨੀ ਚਾਹੀਦੀ ਹੈ। ਕੰਮ ਸਾਡੇ ਵੀ ਉੱਦਾਂ ਦੇ ਆ, ਅਸੀਂ ਵੀ ਜੋ ਕਰਨਾ ਸੀਗਾ ਉਹ ਨਹੀਂ ਕਰ ਪਾਏ। ਜਿਨ੍ਹਾਂ ਲੋਕਾਂ ਨੇ ਇਹ ਬੁਨਿਆਦਾਂ ਰੱਖੀਆਂ ਸੀਗੀਆਂ ਇਨਸਾਨੀਅਤ ਦੀਆਂ, ਇਨਸਾਨੀ ਬਰਾਬਰੀ ਦੀਆਂ, ਅਸੀਂ ਉਹਦੇ ਤੋਂ ਬਹੁਤ ਦੂਰ ਹੈ, ਅਸੀਂ ਬਹੁਤ ਪਿੱਛੇ ਹੈ, ਸਾਡੇ ਵਾਸਤੇ ਕਾਬਲੇ ਸ਼ਰਮ ਗੱਲ ਹੈ ਔਰ ਇਹਦੇ 'ਤੇ ਫਖਰ ਕਰਨ ਲੱਗਿਆਂ ਸਾਨੂੰ 100 ਵਾਰੀ ਸੋਚਣਾ ਚਾਹੀਦਾ। ਇਹਦੇ ਨਾਲ ਹੀ ਰੱਬ ਰੱਖ।